ਕਦ ਦੇਸ਼ ਤਰੋਹੀ ਲੋਕਾਂ ਦੇ ਵਿੱਚ ਜ਼ੁਲਮ ਤਸ਼ੱਦਦ ਵੜਿਆ ਸੀ ਜਦ ਹਾਕਮ ਰਿਸ਼ਵਤ ਖੋਰਾਂ ਨੇ ਆਵੇ ਦੋਸ਼ਾਂ ਨੂੰ ਫੜਿਆ ਸੀ ਜਦ ਪੰਡਤ ਮੁੱਲਾ ਕਾਜੀ ਨੂੰ ਆ ਨਾਗ ਦਵੈਸ਼ਦ ਲੜਿਆ ਸੀ ਜਦ ਕੂੜੇ ਅਮਾਵਸ ਸੱਚ ਚੰਦਰਮਾ ਦਿਸਦਾ ਕਿਤੇ ਨ ਚੜਿਆ ਸੀ ਜਦ ਬੇਬਲ ਹੋ ਗਈ ਧਰਤੀ ਵੀ ਤੇ ਧੌਲ ਧਰਮ ਅਰੜਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ ਜਦ ਜ਼ੁਲਮ ਰਾਜ ਦਾ ਪਰਜਾ ਤੇ ਚੱਲਦਾ ਅਨਿਆ ਪਲੀਤਾ ਸੀ ਵਧਰੇ ਸਰਮਾਇਆਦਾਰੀ ਨੇ ਮਜ਼ਦੂਰ ਸਕੰਜੇ ਕੀਤਾ ਸੀ ਪਰ ਛੰਨੇ ਖੂਨ ਗਰੀਬਾਂ ਦਾ ਜਦ ਆਦਮ ਖੋਰਾ ਪੀਤਾ ਸੀ ਜਦ ਪਕੜ ਵਿਦੇਸ਼ੀ ਰਾਵਣ ਕਈ ਭਾਰਤ ਚੋਂ ਲੈ ਗਏ ਸੀਤਾ ਸੀ ਜਦ ਵਿਗੜੇ ਧਰਮੀ ਆਗੂ ਵੀ ਤਾਂ ਹੁਕਮ ਅਕਾਲ ਸੁਣਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ ਸਨ 1500 ਤੇ 26 ਨੂੰ ਕਰਤਕ ਦੀ ਪੂਰਨ ਮਾਸੀ ਸੀ ਤ੍ਰਿਪਤਾ ਦੀ ਗੋਦੀ ਤ੍ਰਿਪਤ ਹੋਈ ਜਾਂ ਜੋਤ ਰੱਬੀ ਪ੍ਰਕਾਸ਼ੀ ਸੀ ਕਾਲੂ ਦੀ ਨਹੀਂ ਸਭ ਦੁਨੀਆਂ ਦੀ ਤਾਂ ਹੋਈ ਦੂਰੇ ਉਦਾਸੀ ਸੀ ਸਭ ਲਤਾ ਬਲੀ ਜੜ ਚੇਤਨ ਜੋ ਖੁਸ਼ ਹੋਈ ਜੂਨ 84 ਸੀ ਖੁਸ਼ ਕੋਇਲਾ ਬੁੱਲ ਬੁੱਲ ਗਾਵਣ ਪੈ ਮੋਰਾਂ ਨੇ ਨਾਚ ਵਖਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ ਜਿਸ ਛੋਟੀ ਉਮਰੇ ਪਾਉਂਦੇ ਨੂੰ ਪੜ੍ਹਨੇ ਦਾ ਵੱਲ ਸਿਖਾਇਆ ਸੀ ਜਿਸ ਗਿਆਨ ਪੁੜੀ ਦੇ ਵੈਦ ਤਾਈ ਦੁਬਦਾ ਦਾ ਰੋਗ ਨਸਾਇਆ ਸੀ ਜੋ ਘਰ ਦੀ ਪੂੰਜੀ ਲੈ ਕੇ ਵੀ ਕਰ ਸੱਚਾ ਸੌਦਾ ਆਇਆ ਸੀ ਜਿਸ ਦੀ ਕਰਨੀ ਤੇ ਖੁਸ਼ ਹੋ ਕੇ ਆ ਨਾਗਨ ਕੀਤੀ ਛਾਇਆ ਸੀ ਜਾਂ ਡਿੱਠਾ ਰਾਏ ਬੁਲਾਰ ਨੇ ਆ ਚਰਨਾ ਤੇ ਸੀਸ ਝੁਕਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ ਜਿਸ ਦੀ ਕੇਹੀ ਚਾਕੀ ਨੇ ਰਾਕਸ਼ ਨੂੰ ਦੇਵ ਬਣਾਇਆ ਸੀ ਜਿਸ ਦੇ ਨੈਣਾ ਦੀਆਂ ਕਿਰਨਾਂ ਨੇ ਅੱਖਾਂ ਵਿੱਚ ਅੰਮ੍ਰਿਤ ਪਾਇਆ ਸੀ ਜਿਸ ਚੋਂ ਵਰਣਾ ਦੇ ਲੋਕਾਂ ਨੂੰ ਇੱਕੋ ਉਪਦੇਸ਼ ਸੁਣਾਇਆ ਸੀ ਜਿਸ ਪੱਥਰ ਨੂੰ ਕਰਮੋ ਮਲਿਆ ਲਾ ਪੰਜਾ ਵਿੱਚ ਤਸਾਇਆ ਸੀ ਚੱਲੀ ਨਾ ਚਲਕ ਵੀ ਠੱਗਾਂ ਨੇ ਪੈ ਪੈਰੀ ਮਿਤ ਬਣਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ ਜਿਸ ਸੰਗਲ ਤੋੜ ਗੁਲਾਮੀ ਦੇ ਇੱਕ ਦੁਨੀਆ ਨਵੀਂ ਵਸਾਈ ਸੀ ਕਰ ਦੂਰ ਦਵੈਸ਼ ਅੰਧੇਰੇ ਨੂੰ ਇੱਕ ਪ੍ਰੇਮ ਦੀ ਜੋਤ ਜਗਾਈ ਸੀ ਜਿਸ ਚਾਰੇ ਵਰਣ ਮਿਲਾ ਦਿੱਤੇ ਰਲ ਬੈਠੇ ਪਾਈ ਪਾਈ ਸੀ ਜਿਸ ਜ਼ਾਲਮ ਆਦਮ ਖੋਰਾਂ ਦੇ ਹੱਥਾਂ ਚੋਂ ਛੁਰੀ ਸਟਾਈ ਸੀ ਉਸ ਪ੍ਰੀਤਮ ਪਿਆਰੇ ਬਾਲਕ ਦਾ ਜੀਵਨ ਸਿੰਘ ਮੰਗਲ ਗਾਇਆ ਏ ਭਾਰਤ ਦਾ ਪਾਰ ਨਿਵਾਰਨ ਲਈ ਨਾਨਕ ਨਿਰੰਕਾਰੀ ਆਇਆ ਏ